ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਉਸਤਾਦ ਜੀ ਕੀ ਹਾਲ ਹੈ? ਠੀਕ ਹੋ? ਚੰਗਾ ਹਾਲ ਹੈ ਜੀ, ਸ਼ੁਕਰ ਅੱਲਾਹ। ਮਾਸ਼ਾਅੱਲਾ, ਵੈਰਿੰਗ ਨੂੰ ਸ਼ੁਰੂ ਹੀ ਹੋਇਆ ਹੈ ਜੀ? ਇਨਸ਼ਾਅੱਲਾ। ਅੱਛਾ, ਤੇ ਅੱਜ ਕੰਪਲੀਟ ਨਹੀਂ ਹੋਈ? ਨਹੀਂ, ਅੱਜ ਨਹੀਂ ਹੋਈ ਇਨਸ਼ਾਅੱਲਾ। ਅੱਛਾ ਜੀ। ਤੇ ਬਾਕੀ ਕੀ ਲੱਗਦਾ, ਕੋਈ ਜੈਨੀਅਨ ਚਾਲੂ ਥੀਂਦੀਆਂ ਨੇ ਆਈਟਮ? ਕੋਸ਼ਿਸ਼ ਕਰਾਂਗੇ ਪਏ ਇਨਸ਼ਾਅੱਲਾ ਹੋਵੇ। ਅੱਛਾ ਜੀ। ਹਾਂਡੀ ਚਾਲੂ ਹੋ ਗਈ ਹੈ? ਸਾਈਡ ਇਸ਼ਾਰਾ ਵਾਲੀ ਬਿਲਕੁਲ ਹੋ ਗਈ, ਉਹ ਜੈਨੂਅਨ ਅਸੈਂਬਲੀ ਚੱਲ ਗਈ। ਸਾਰੇ ਕਨੈਕਸ਼ਨ ਜੀ, ਡਿੱਪਰ ਦੇ ਹੀ, ਸਾਈਡ ਇਸ਼ਾਰਾਂ ਦੇ ਹੀ, ਹਾਰਨ ਦੇ ਹੀ, ਸਾਰਾ ਉਹ ਜੈਨੂਅਨ ਚੱਲ ਗਈ। ਮਾਸ਼ਾਅੱਲਾ। ਔਰ ਵੈਰਿੰਗ ਅੰਦਰੂ ਜੈਨੀਅਨ ਦੀ ਤਰ੍ਹਾਂ ਕੇਬਨ ਦੇ ਵਿੱਚ ਟਪਾ ਕੇ ਕੀ ਦੀਏ ਜੀ? ਆਪਣੇ ਜਾਂ ਤਾਂ ਕੁਛ ਇਨਸ਼ਾਅੱਲਾ ਕਰ ਲਈ। ਅੱਛਾ, ਬੜੀ ਗੱਲ ਹੈ, ਮਾਸ਼ਾਅੱਲਾ। ਮਿਹਨਤ ਕਰੋ, ਫਿਊਜ਼ ਹੀ ਲੈਂਦੇ ਪਏ, ਫਿਊਜ਼ ਗਿਣਾ ਹੈ ਉਸਤਾਦ ਰੋ। ਸਪੈਸ਼ਲ ਇਹ ਚੈੱਕ ਕਰੋ, ਲਾਉਣ ਦੀ ਜਗ੍ਹਾ ਤਾਂ ਕੋਈ ਨਹੀਂ। ਅਸਲ ਪਤੀ ਉਸਤਾ ਜੀ, ਗਲਤੀ ਕੀ ਥਿੰਦੀ ਹੈ? ਜੈਨੀਅਨ ਵੈਰਿੰਗ ਅੱਜ ਦੀ ਤੱਕ ਰੂਸੀ ਦੀ ਨਹੀਂ ਲਿਟੀ। ਖੁਦਾ ਜਾਣੇ ਕਿਉਂ ਲੋਕ ਨੂੰ ਘੱਟ ਗਿਣਨ। ਮਕਸਦ ਇਹ ਸਾਦਾ ਨਹੀਂ ਕਰਨਾ ਚਾਹੀਦਾ, ਇਸ ਵਿੱਚ ਬੜਾ ਫੰਕਸ਼ਨ ਹੁੰਦਾ, ਬਾਅਦ ਵਿੱਚ ਇਹ ਫੰਕਸ਼ਨ ਲੱਗ ਨਹੀਂ ਸਕਦੇ। ਹੁਣ ਇਹ ਜਿਹਾ ਮਾਲ ਇਹਦਾ ਜੈਨੀਅਨ ਮਿਲ ਸੀ ਕਿਤੋਂ? ਨਹੀਂ ਮਿਲਦਾ ਪੂਰੇ ਸਰਗੋਦੇ ਚ, ਪਤਾ ਕੀ ਦੇ, ਕੋਈ ਸ਼ਾਹੀ ਜੈਨੀਅਨ ਨਹੀਂ ਮਿਲਦੀ। ਜਿਹੜੀ ਪੁਰਾਣੀ ਪਈ ਹੈ ਤੋਂ ਚਾਲੂ ਨਾ ਉਸੀ, ਨਵੀਂ ਮਿਲਦੀ ਨਹੀਂ। ਤੇ ਅਗਰ ਜੈਨੀਅਨ ਕਟੇਸੋ ਨਹੀਂ ਨਾ, ਉਹ ਕਈ ਸਾਲ ਤੱਕ ਉਹਦੀ ਥੋੜ੍ਹੀ ਜਿਹੀ ਮਿਹਨਤ ਕਰਕੇ ਦੀ, ਸਫਾਈ ਕਰਕੇ ਦੀ, ਕੋਈ ਟਾਂਕਾ ਸ਼ਾਂਕਾ ਲਾ ਕੇ ਦਾ। ਤੇ ਹੁਣ ਮਾਸ਼ਾਅੱਲਾ ਨਾ, ਕੱਲ ਵਾਲੇ ਟਾਈਮ ਹੀ ਥੀ ਵੈਸੀ ਇਨਸ਼ਾਅੱਲਾ। ਅੱਛਾ ਚਲੋ ਠੀਕ ਹੈ ਜਨਾਬ, ਅੱਲਾ ਪਾਕ ਖੈਰ ਕਰੇ। ਤੇ ਗੱਡੀ ਬਾਕੀ ਹੁਣ ਤਿਆਰ ਥੀ ਆਈ, ਥੋੜ੍ਹਾ ਜਿਹਾ ਕੰਮ ਹੈ। ਸ਼ੀਸ਼ੇ ਨਿਸੇ ਲਾਏ, ਰੈਗਜ਼ੀਨ ਹੀ ਨਹੀਂ ਲਾਈ ਕਿ ਪਹਿਲੇ ਦੀ ਵੈਰਿੰਗ, ਉਹਦੇ ਬਾਅਦ ਹੀ ਚ, ਕਿਉਂਕਿ ਉਦੋਂ ਸੈਟਅਪ ਨਾਲ ਕੰਮ ਚੱਲਦਾ ਨਾ। ਤੇ ਉਹ ਅੱਲਾ ਖੈਰ ਕਰੇ, ਥੀ ਆਸੀ ਇਨਸ਼ਾਅੱਲਾ। ਠੀਕ ਹੈ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਅੱਲਾ ਹਾਫਿਜ਼।